ਮਾਣਹਾਨੀ ਮਾਮਲੇ 'ਚੋਂ ਸਾਬਕਾ ਡੀਜੀਪੀ ਸ਼ਸ਼ੀਕਾਂਤ ਬਰੀ। ਜਲੰਧਰ ਵਿਖੇ JMIC ਦੀ ਅਦਾਲਤ ਨੇ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋਸ਼ ਸਾਬਤ ਨਾ ਹੋਣ ਤੇ ਪੰਜਾਬ ਦੇ ਸਾਬਕਾ ਡੀਜੀਪੀ ਜੇਲ੍ਹ ਸ਼ਸ਼ੀਕਾਂਤ ਨੂੰ ਬਰੀ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਬਰੀ ਕੀਤੇ ਜਾਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਕਿਹਾ ਕਿ ਅਦਾਲਤ ਨੇ ਜੋ ਵੀ ਫੈਸਲਾ ਸੁਣਾਇਆ ਹੈ ਉਸ ਦਾ ਉਹ ਸਨਮਾਨ ਕਰਦੇ ਹਨ। ਜਲੰਧਰ ਤੋਂ ਅਜੀਤ ਵੈਬ ਟੀਵੀ ਲਈ ਚਿਰਾਗ ਸ਼ਰਮਾ ਦੀ ਰਿਪੋਰਟ। ਇਹ ਅੱਜ ਕੋਰਟ ਦੀ ਹੇਅਰਿੰਗ ਸੀ, ਜੱਜ ਸਾਹਿਬ ਨੇ ਬਰੀ ਕੀਤਾ ਹੈਗਾ ਐਂਡ RSIR ਜਿਹੜਾ ਲਾਅ ਹੈਗਾ ਅਤੇ ਮੈਂ ਉਹਦਾ ਸਵਾਗਤ ਕਰਨਾ ਹੈਗਾ ਐਂਡ ਮੇ ਗੋਡ ਹੈਲਪ ਪੰਜਾਬ, ਮੇ ਗੋਡ ਰੱਬ ਪੰਜਾਬ 'ਤੇ ਕਿਰਪਾ ਕਰੇ। ਨਹੀਂ ਸਰ, ਮੈਂ ਇਲੈਕਸ਼ਨਸ ਦੇ ਵਿਚਕਾਰ ਮੇਰਾ ਕੋਈ ਮੰਤਵ ਨਹੀਂ ਹੈਗਾ। ਮੈਂ ਅੱਜ ਦੀ ਤਰੀਕ 'ਚ ਵੱਖ ਵੱਖ ਯੂਨੀਵਰਸਿਟੀਜ਼, ਕਾਲਜਸ ਔਰ ਦੂਜੇ ਇੰਸਟੀਟਿਊਸ਼ਨਸ ਹੈਗੇ ਨੇ ਉਹਨਾਂ ਦੇ ਲਈ ਕੰਮ ਕਰ ਰਿਹਾ ਹੈਗਾ। ਕੁਛ ਇੰਟਰਨੈਸ਼ਨਲ ਯੂਨਾਈਟ ਜਿਹੜੀ ਹੈਗੀ ਹੈ ਏਜੰਸੀਜ਼ ਹੈਗੀਆਂ ਨੇ ਉਹਨਾਂ ਦੇ ਲਈ ਵੀ ਡਰੱਗਸ ਦੇ ਖਿਲਾਫ਼ ਕੰਮ ਕਰ ਰਿਹਾ ਹੈਗਾ, ਕ੍ਰੀਏਟਿੰਗ ਅਵੇਅਰਨੈਸ, ਡਾਕੂਮੈਂਟਸ ਬਣਾਉਣਾ, ਇਹ ਕੰਮ ਕਰਨਾ ਹੈਗਾ। ਮੈਂ ਹਾਲ ਕੰਟੀਨਿਊ ਡੂਇੰਗ ਇਟ। ਸੋ ਕੁਛ ਹੋਰ ਵੀ ਸਰਕਾਰਾਂ ਹੈਗੀਆਂ ਨੇ ਕੁਝ ਵਿਦੇਸ਼ ਦੇ ਵਿੱਚ, ਉਹ ਵੀ ਮੇਰੀ ਮਦਦ ਲੈਂਦੀਆਂ ਨੇ। ਮੇਰਾ ਤਾਂ ਮੰਤਵ ਇੱਕ ਹੀ ਹੈਗਾ, ਮੇਰਾ ਪੋਲੀਟਿਕਸ ਨਾਲ ਕੋਈ ਮਤਲਬ ਨਹੀਂ ਹੈਗਾ, ਮੇਰੇ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਹੈਗਾ। ਬਸ ਹੁਣ ਪਹਿਲੇ ਇੱਥੇ ਕਰਦਾ ਸੀ, ਹੁਣ ਮੈਂ ਅੰਤਰਰਾਸ਼ਟਰੀ ਪੱਧਰ 'ਤੇ ਅਤੇ ਨੈਸ਼ਨਲ ਪੱਧਰ 'ਤੇ ਨਸ਼ਿਆਂ ਦੇ ਖਿਲਾਫ਼, ਡਰੱਗਸ ਦੇ ਖਿਲਾਫ਼ ਜਿਹੜਾ ਕੰਮ ਹੈਗਾ ਮੈਂ ਕਰ ਰਿਹਾ ਹੈਗਾ, ਕਰਦਾ ਰਹਾਂਗਾ।